ਵਾਹਿਗੁਰੂ ਜੀ। ਸੰਗਤ ਜੀ, ਤੁਹਾਨੂੰ ਬੇਨਤੀ ਹੈ ਇਸ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੁਸੀਂ ਬਹੁਤ ਸਾਰੀ ਜ਼ਿੰਦਗੀਆਂ ਨੂੰ ਬਚਾਉਣ ਦੇ ਵਿੱਚ ਡਾਇਰੈਕਟ ਸਹਿਯੋਗ ਪਾ ਸਕਦੇ ਹੋ। PGI ਦੇ ਵਿੱਚ 17 ਤੋਂ 18 ਸਟੇਟਸ ਤੋਂ ਪੇਸ਼ੈਂਟ ਆਉਂਦੇ ਆ, ਔਰ ਬਹੁਤ ਵਾਰ ਅਸੀਂ ਦੇਖਦੇ ਹਾਂ ਕਿ ਲੋਕਾਂ ਕੋਲ 20-20 ਰੁਪਏ ਦੇ ਜਾਂ 50-50 ਰੁਪਏ ਦੇ ਲੈਣ ਦੀ ਦਵਾਈਆਂ ਦੇ ਪੈਸੇ ਨਹੀਂ ਬਚਦੇ। PGI ਐਮਰਜੈਂਸੀ ਦੇ ਬਾਹਰ ਖੜ੍ਹੇ ਹਾਂ, ਜਿੱਥੇ ਸੰਗਤ ਦੇ ਸਹਿਯੋਗ ਦੇ ਨਾਲ ਲਗਾਤਾਰ 3 ਸਾਲ ਤੋਂ ਚਾਹ, ਬ੍ਰੈਡ, ਬਿਸਕੁਟਾਂ ਦੇ ਲੰਗਰ ਸਵੇਰੇ 6 ਤੋਂ ਲੈ ਕੇ 7:30 ਵਜੇ ਤੱਕ ਚੱਲਦੇ ਹਾਂ। ਹੁਣ ਤੁਹਾਡੇ ਤੋਂ ਕੀ ਆਸ ਕਰਦੇ? ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਡਾਇਰੈਕਟ ਸਹਿਯੋਗ ਕਰੋਗੇ। ਹੁਣ ਆਉਣ ਵਾਲੇ ਮੰਗਲਵਾਰ ਤੋਂ, ਯਾਨੀ ਕਿ 6 ਤਰੀਕ ਤੋਂ, 6 ਸਤੰਬਰ 2023 ਤੋਂ ਦਵਾਈਆਂ ਦੇ ਲੰਗਰ ਨਾਲ ਸ਼ੁਰੂ ਕਰਨ ਲੱਗੀਆਂ, ਜਦ ਚਾਹ ਦਾ ਲੰਗਰ ਸ਼ੁਰੂ ਹੋਏਗਾ। ਅਤੇ ਇੱਥੇ ਬਲੱਡ ਟੈਸਟ, ਜੋ ਬੇਸਿਕ ਰੂਟੀਨ ਬਲੱਡ ਟੈਸਟ ਹੋਣਗੇ, ਉਹ ਵੀ ਨਾਲ ਚੱਲੇਗਾ, ਅਤੇ ਦਵਾਈਆਂ ਦੇ ਔਰ ਓਪਰੇਸ਼ਨ ਮਟੀਰੀਅਲ ਦੇ ਜੋ ਲੰਗਰ ਚੱਲਣਗੇ ਉਹ ਵੀ ਨਾਲ ਨਾਲ ਚੱਲਣਗੇ। ਸੋ ਸੰਗਤ ਨੂੰ ਬੇਨਤੀ ਹੈ, ਸਪੈਸ਼ਲੀ ਟ੍ਰਾਈ ਸਿਟੀ ਰੈਜੀਡੈਂਟਸ ਨੂੰ, ਜੇ ਤੁਸੀਂ PGI ਐਮਰਜੈਂਸੀ ਦੇ ਬਾਹਰ ਐਵਰੀ ਟਿਊਜ਼ਡੇ ਮਾਰਨਿੰਗ 6 ਤੋਂ 7:30 ਵਜੇ ਪਹੁੰਚ ਕੇ ਇਸ ਸੇਵਾ ਦੇ ਵਿੱਚ ਡਾਇਰੈਕਟ ਸਹਿਯੋਗ ਕਰਨਾ ਚਾਹੁੰਦੇ ਹੋ, ਤਾਂ ਪਲੀਜ਼ ਇੱਥੇ ਪਹੁੰਚੋ। Gate No. 1 ਦੇ ਬਾਹਰ ਇਹ ਲੰਗਰ ਚੱਲਦੇ ਆ। ਵੀਡੀਓਜ਼ ਨੂੰ ਸ਼ੇਅਰ ਕਰਕੇ ਤੁਸੀਂ ਔਨਲਾਈਨ ਟੀਮ ਦੇ ਵਾਂਗ ਸਾਡੀ ਸਹਿਯੋਗ ਵੀ ਕਰੋ। ਸੋ ਸੰਗਤ ਨੂੰ ਬੇਨਤੀ ਹੈ, ਇਸੇ ਨਾਲ ਵੀਡੀਓ ਕਲੋਜ਼ ਕਰ ਰਹੇ ਹਾਂ ਔਰ ਤੁਹਾਡੇ ਤੋਂ ਬੇਨਤੀ ਕਰ ਰਹੇ ਹਾਂ ਕਿ ਇੱਥੇ ਜ਼ਰੂਰ ਪਹੁੰਚੋ।